ਜਾ ਰਹੇ ਜਹਾਜ਼ ਦੇ ਅੰਦਰ ਪਹਿਲਾਂ ਇੱਕ ਜਹਾਜ਼ ਦੇਖਿਆ ਜਿਹੜਾ ਇੰਨਾ ਵੱਡਾ ਅੰਦਰੋਂ। ਇਹ ਤਾਂ ਯਾਰ ਕ੍ਰਾਫਟ ਬਜ਼ਾਰ ਹੀ ਆ। ਰੋਹਿਤ ਵਰੁਣ ਆਉਂਦੇ ਚਿੜੀਆ ਘਰ ਦੀ ਜ਼ਰੂਰ। ਜੇ ਮੈਂ ਹੋ ਜੇ ਮੇਰਾ ਪਿਆਰਾ ਲਾਡਲਾ ਰੋਹਿਤ ਹੈ ਔਰ ਹਮ ਆ ਚੁੱਕੇ ਹੋ ਹੁਸ਼ਿਆਰਪੁਰ ਰੋਸ਼ਨ ਗਰਾਊਂਡ ਮੈਂ ਯਹਾਂ ਪਰ ਸਿੰਗਾਪੁਰ ਟ੍ਰੇਡ ਫੇਅਰ ਕ੍ਰਾਫਟ ਬਾਜ਼ਾਰ ਕੀ ਤਰ੍ਹਾਂ ਇੱਕ ਮੇਲਾ ਲਗਾ ਹੁਆ ਹੈ। ਧਿਆਨ ਸੇ ਦੇਖੀਏ ਇਸ ਮੇਲੇ ਕੋ, ਬਹੁਤ ਹੀ ਅੱਛਾ ਲਗਾ ਹੈ। ਸਾਡੇ ਦੋਸਤ ਮਿਲ ਨਹੀਂ ਰਹੇ ਹੈ ਕਿਉਂਕਿ ਭੀੜ ਬਹੁਤ ਜ਼ਿਆਦਾ, ਲੱਖਾਂ ਜਣਿਆਂ ਦਾ ਇਕੱਠ ਸੂਹ ਆਇਆ ਅਤੇ ਆਇਆ। ਆਹ ਦੇਖ ਲਓ ਮਿਲ ਜਾਣੇ ਆ ਪਰ ਥੋੜ੍ਹੀ ਦੇਰ 'ਚੋਂ, ਬਾਕੀ ਤੁਹਾਨੂੰ ਦੂਜੇ ਕੈਮਰੇ ਨਾਲ ਸਾਰੀ ਵੀਡੀਓ ਦਿਖਾਉਂਦੇ ਹਾਂ। ਮੇਰੇ ਦੋਸਤ ਆਏ ਆ ਹਮੇਸ਼ਾ ਇਧਰ ਆ ਉੱਥੇ, ਇੱਧਰ ਦੇਖ ਟਿਕਟ ਕਾਊਂਟਰ ਉੱਧਰ ਆ ਮਾੜਾ ਜਿਹਾ। ਹਾਂ ਕੋਈ ਦੂਜਾ ਰਸਤਾ ਨਹੀਂ ਹੈਗਾ ਜਾਣ ਦਾ, ਹਾਂ ਚੱਲਾ ਘਰ। ਟਿਕਟ ਕਾਊਂਟਰ ਦੇਖਦੇ ਹਾਂ ਟਿਕਟ ਕਿੰਨੇ ਆ, ਇਹਦੇ ਕੁਛ ਲਿਖਿਆ ਵੀ ਪਿਆ ਵਾ। ਮੈਂ ਇਕੱਲਾ ਆਇਆ ਹੁੰਦਾ ਫਿਰ ਤਾਂ ਥੋੜ੍ਹਾ ਜਿਹਾ ਬਣ ਜਾਣਾ ਸੀ, ਪਰ ਇੱਦਾਂ ਨੇ ਥੋੜ੍ਹਾ ਮੰਨਣਾ ਨਹੀਂ ਆ ਬਾਈ ਯੂਟਿਊਬ ਕਹਿ ਕੇ। ਚਲੋ ਕੋਈ ਗੱਲ ਨਹੀਂ, ਦੇਖਦੇ ਹਾਂ ਕੀ ਟਿਕਟ ਕਾਊਂਟਰ ਕੀ ਸਕਦਾ ਵਾ। ਇਹ ਸਾਰੇ ਮੇਰੇ ਵੱਲ ਦੇਖ ਰਹੇ ਆ, ਮੈਂ ਰਸਤਾ ਦੇਖ ਰਿਹਾ ਕੋਈ ਇੱਧਰੋਂ ਰਸਤਾ ਹੈਗਾ। ਕੋਲ 120 ਰੁਪਏ ਟਿਕਟ, ਚੱਲ ਜੀ ਭਾਜੀ ਹੁਣ ਜਾ ਜਲਦੀ, ਚੱਲ ਤਾਂ ਨਹੀਂ ਪਾਓਗੇ ਜਹਾਜ ਤੇਜ਼ ਹੋ ਰਹੇ ਕਿਤੇ ਅਸੀਂ ਆਦਮਪੁਰ ਪਹੁੰਚ। ਬਹੁਤ ਬਹੁਤ ਧੰਨਵਾਦ ਯਾਰ, ਕੋਈ ਨਹੀਂ ਅੰਦਰੋਂ ਮੈਂ ਤੁਹਾਨੂੰ ਕੁਛ ਕਰਾ ਦਿੰਦਾ। ਅਸੀਂ ਟਿਕਟ ਲੈ ਲਈਏ ਫਾਈਨਲੀ, ਸਾਡੇ ਚਾਰ ਜਣਿਆਂ ਦੇ 120 ਰੁਪਏ ਲੱਗੇ ਆ, ਡਿਸਕਾਊਂਟ ਲਗਾ ਕੇ ਲੱਗੇ ਹੋਣੇ ਸ਼ਾਇਦ ਇੱਧਰ ਏਅਰ ਹੋਸਟਸ ਮੈਡਮ ਆ। ਚਲੋ ਭਾਜੀ ਚਾਰ ਟਿਕਟ, ਆਇਆ ਆਇਆ ਬਾਅਦ ਵਿੱਚ ਆ ਕੇ ਕਰ ਲਈ। ਅਸੀਂ ਹੁਣ ਚੱਲੇ ਜਹਾਜ਼ ਦੇ ਅੰਦਰ, ਹਾਂ ਲਿੰਕ ਭੇਜਦਾ ਬਾਈ ਤੁਹਾਨੂੰ। ਏਅਰ ਹੋਸਟਸ ਮੈਡਮ ਵੀ ਆ ਉੱਧਰ ਕੈਮਰਾ ਕਰ। ਵਰੁਣ ਦੇਖਦੇ ਸਹੀ, ਉਹ ਕਿਹੜਾ ਜਾਨਵਰ ਹੁੰਦਾ ਡਾਇਨਾਸੋਰ, ਉਹ ਜਿਹਦੇ ਭਾਜੀ ਨਹੀਂ ਬੈਠੇ ਆ। ਇਹ ਰਾਇਨੋਸੋਰਸ, ਰਾਇਨੋਸੋਰਸ ਅਸੀਂ ਆ ਚੁੱਕੇ ਹਾਂ ਜਹਾਜ਼ ਦੇ ਅੰਦਰ। ਪੂਰਾ ਅੰਦਰ ਮੇਲਾ ਸ਼ਾਨਦਾਰ ਲੱਗਿਆ ਹੋਇਆ ਜਿੱਦਾਂ ਕਿ ਹਮੇਸ਼ਾ ਹੀ ਤਰ੍ਹਾਂ ਕ੍ਰਾਫਟ ਬਾਜ਼ਾਰ ਲੱਗਦਾ ਹੁੰਦਾ ਨਾ।
ਆ ਦੇਖੋ ਬਹੁਤ ਲੰਬਾ ਸਫ਼ਰ ਕਰਕੇ ਸਾਡੇ ਭਾਜੀ ਹੁਣੀ ਆ ਗਏ ਆ। ਪਹੁੰਚ ਗਏ ਆ, ਚਾਰਜ ਲੈਂਡ ਹੋ ਚੁੱਕਾ। ਚਲੋ ਤੁਹਾਨੂੰ ਬਾਕੀ ਦਿਖਾਉਂਦੇ ਹਾਂ। ਧਿਆਨ ਧਿਆਨ ਹੈਗਾ ਕਿ ਜਿੰਦਾ ਨਾ ਜਿਵੇਂ ਕਿਤੇ ਯਾਰ। ਰਜੇ ਭਾਜੀ ਬਹਿ ਜਾ ਇਹਦੇ ਉੱਪਰ, ਤੁਸੀਂ ਬਾਅਦ ਚੋਂ ਮੋਬਾਈਲ ਨਹੀਂ ਚਲਾਉਣਾ ਅੰਦਰ ਆ ਕੇ ਵੀ। ਇੱਕ ਬੇਬਲੇਡ ਹੁੰਦੇ ਸੀ ਬੜੇ ਸਟਾਈਲਿੰਗ ਜਿਹਾ ਕਰਦੇ ਹੁਣ, ਹੈ ਨਾ ਸਾਡੇ ਵੇਲੇ ਫੋਟੋ ਆ ਵਧੀਆ ਬਹੁਤ ਜ਼ਿਆਦਾ ਰੌਣਕ ਤੁਸੀਂ ਦੇਖ ਸਕਦੇ ਹਾਂ। ਭਾਅ ਜੀ ਕਿੱਦਾਂ ਦਾ ਲੱਗ ਰਿਹਾ ਜਹਾਜ ਦੇ ਅੰਦਰ ਆ ਕੇ? ਵਧੀਆ ਲੱਗ ਰਿਹਾ ਸਫ਼ਰ? ਕਿੱਦਾਂ ਦਾ? ਕੰਨ ਖੁੱਲ੍ਹੇ ਆ? ਬੰਦ ਹੈ ਨਹੀਂ ਆ ਖੁੱਲ੍ਹੇ ਆ? ਅੱਛਾ ਅੱਛਾ ਚਲੋ ਵਧੀਆ। ਦੇਖ ਸਕਦੇ ਹਾਂ ਸਾਰੀਆਂ ਹੁਸ਼ਿਆਰਪੁਰ ਦੀਆਂ ਸਵਾਰੀਆਂ ਬਿਨਾਂ ਪਾਸਪੋਰਟ ਬਿਨਾਂ ਵੀਜ਼ੇ ਦੇ ਅੰਦਰ ਆਈਆਂ ਹੋਈਆਂ। ਆਹ ਦੇਖੋ ਰੋਹਿਤ ਵੀ ਬਿਨਾਂ ਪਾਸਪੋਰਟ ਵੀਜ਼ੇ ਦਾ। ਓਵਰ ਸਾਈਜ਼ ਟੀ ਸ਼ਰਟਾਂ ਡਬਲ ਐਕਸਲ ਨਹੀਂ ਪਾਉਂਦੀਆਂ ਹੁੰਦੀਆਂ।